ਸਾਸ਼ੀਕਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਅੱਜ ਮੈਂ ਆਈ ਹਾਂ ਦਾ ਬਿਊਟੀਫੁੱਲ ਸਿਟੀ ਚੰਡੀਗੜ੍ਹ ਦੇ ਵਿੱਚ ਜਿਸ ਨੂੰ ਦੇਸ਼ ਭਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਸਿਟੀ ਮੰਨਿਆ ਜਾਂਦਾ ਹੈ ਜਿੱਥੇ ਸੈਰ ਸਪਾਟੇ ਨੂੰ ਲੈ ਕੇ ਅਤੇ ਘੁੰਮਣ ਦੀਆਂ ਬਹੁਤ ਹੀ ਜ਼ਿਆਦਾ ਬੇਸ਼ੁਮਾਰ ਜਗ੍ਹਾਵਾਂ ਨੇ ਜਿੱਦਾਂ ਕਿ ਰੋਜ਼ ਗਾਰਡਨ ਰੌਕ ਗਾਰਡਨ ਪਿੰਜੌਰ ਗਾਰਡਨ ਪਰ ਸਹੀ ਮਾਇਨੇ ਦੇ ਵਿੱਚ ਸੁਖਨਾ ਲੇਕ ਨੂੰ ਚੰਡੀਗੜ੍ਹ ਦੀ ਸ਼ਾਨ ਮੰਨਿਆ ਜਾਂਦਾ ਹੈ ਅਤੇ ਸੁਖਨਾ ਲੇਕ ਨੂੰ ਚੰਡੀਗੜ੍ਹ ਦਾ ਦਿਲ ਵੀ ਕਿਹਾ ਜਾਂਦਾ ਜੇਕਰ ਤੁਸੀਂ ਘੁੰਮਣ ਦੇ ਇਰਾਦੇ ਚੰਡੀਗੜ੍ਹ ਦੇ ਵਿੱਚ ਆਉਂਦੇ ਹੋ ਤਾਂ ਇੱਕ ਵਾਰ ਸੁਖਨਾ ਲੇਕ ਜੋ ਹੈ ਜ਼ਰੂਰ ਘੁੰਮ ਕੇ ਜਾਇਓ ਜੇਕਰ ਤੁਸੀਂ ਸੁਖਨਾ ਲੇਕ ਨਹੀਂ ਘੁੰਮੇ ਤਾਂ ਚੰਡੀਗੜ੍ਹ ਘੁੰਮਣਾ ਤੁਹਾਡੇ ਲਈ ਅਧੂਰਾ ਰਹਿ ਜਾਂਦਾ ਹੁਣ ਤੁਹਾਨੂੰ ਦਿਖਾਉਂਦੇ ਹਾਂ ਕੁਝ ਤਸਵੀਰਾਂ ਖੂਬਸੂਰਤ ਸੁਖਨਾ ਲੇਕ ਦੀਆਂ ਦਾ ਨਿਰਮਾਣ ਸੰਨ 1958 ਦੇ ਵਿੱਚ ਹੋਇਆ ਸੀ। 1974 ਵਿੱਚ ਸੁਖਨਾ ਝੀਲ ਵਿੱਚ ਪਾਣੀ ਛੱਡਣਾ ਸ਼ੁਰੂ ਕੀਤਾ ਗਿਆ। ਸੁਖਨਾ ਲੇਕ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਲੋਕ ਦੂਰੋਂ ਦੂਰੋਂ ਘੁੰਮਣ ਆਉਂਦੇ ਨੇ ਅਤੇ ਸੈਰ ਕਰਦੇ ਨੇ। ਝੀਲ ਜੋ ਹੈ ਵੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ, ਬਿਲਕੁਲ ਸ਼ੁੱਧ ਅਤੇ ਸਾਫ਼ ਵਾਤਾਵਰਨ। ਲੋਕ ਵੋਟਿੰਗਾਂ ਕਰਦੇ ਵੀ ਵਿਖਾਈ ਦੇ ਰਹੇ ਨੇ। ਜੇਕਰ ਤੁਸੀਂ ਵੋਟਿੰਗ ਕਰਦੇ ਹੋ ਤਾਂ ਇਸ ਦੀ ਟਿਕਟ ਪ੍ਰਾਈਜ਼ 350 ਰੁਪਏ ਹੈ ਅਤੇ ਜੇਕਰ ਐਂਟਰ ਕਰਦੇ ਹੋ ਤਾਂ ਉਸ ਦੀ ਕੋਈ ਟਿਕਟ ਪ੍ਰਾਈਜ਼ ਨਹੀਂ, ਉਹ ਬਿਲਕੁਲ ਫ੍ਰੀ ਹੈ। ਬਹੁਤ ਹੀ ਜ਼ਿਆਦਾ ਸ਼ਾਨਦਾਰ ਸੁਖਨਾ ਝੀਲ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਸ ਦੇ ਆਲੇ ਦੁਆਲੇ ਦਾ ਵਾਤਾਵਰਨ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ। ਇੱਥੇ ਬਹੁਤ ਸਾਰੇ ਕੈਫੇ ਵੀ ਬਣਾਏ ਹੋਏ ਨੇ ਜਿੱਥੇ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਚੀਜ਼ ਖਾ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਵੀਕਐਂਡ 'ਤੇ ਸੁਖਨਾ ਲੇਕ 'ਤੇ ਬਹੁਤ ਹੀ ਜ਼ਿਆਦਾ ਰਸ਼ ਵੇਖਣ ਨੂੰ ਮਿਲਦਾ ਹੈ। ਝੀਲ ਦੇ ਕਿਨਾਰੇ ਕਈ ਗੀਤਾਂ ਅਤੇ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੋਈਆਂ ਨੇ। ਸੁਖਨਾ ਲੇਕ 'ਤੇ ਇੱਕ ਟਾਵਰ ਵੀ ਬਣਿਆ ਹੈ ਜਿਸ ਦੇ ਬਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਘੱਟ ਜਾਣਕਾਰੀ ਹੈ। ਇਸ ਟਾਵਰ ਨੂੰ ਸੁਸਾਈਡ ਟਾਵਰ ਵੀ ਕਿਹਾ ਜਾਂਦਾ। ਕਾਫ਼ੀ ਟਾਈਮ ਪਹਿਲਾਂ ਲੋਕ ਇਸ ਟਾਵਰ 'ਤੇ ਚੜ੍ਹ ਕੇ ਸੁਖਨਾ ਝੀਲ 'ਚ ਕੁੱਦ ਕੇ ਸੁਸਾਈਡ ਕਰਦੇ ਸੀ, ਜਿਸ ਦੇ ਚੱਲਦੇ ਇਸ ਦਾ ਨਾਮ ਸੁਸਾਈਡ ਟਾਵਰ ਰੱਖਿਆ ਗਿਆ। ਜਦਕਿ ਇਸ ਟਾਵਰ ਦੀ ਵਰਤੋਂ ਸੁਖਨਾ ਝੀਲ ਦੇ ਪਾਣੀ ਨੂੰ ਮਾਪਣ ਦੀ ਕੀਤੀ ਜਾਂਦੀ ਹੈ। ਲੱਗਦਾ ਸੁਖਨਾ ਲੇਕ ਘੁੰਮ ਕੇ? ਬਹੁਤ ਵਧੀਆ ਲੱਗਦਾ ਜੀ, ਪਹਿਲੇ ਵੀ ਆਉਂਦੇ ਰਹਿੰਦੇ ਹਾਂ, ਹੁਣ ਵੀ ਆਉਂਦੇ ਹਾਂ। ਜਿੱਦਾਂ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਘੁੰਮਣ ਦੀਆਂ ਨੇ ਅਤੇ ਸਭ ਤੋਂ ਜ਼ਿਆਦਾ ਜਗ੍ਹਾ ਤੁਹਾਨੂੰ ਕਿਹੜੀ ਪਸੰਦ ਹੈ? ਕਾਫੀ ਤਾਂ ਮੋਸਟਲੀ ਵੇਖੀਏ ਤਾਂ ਜਿਹੜਾ ਕਲਾਈਮੇਟ ਆ ਇੱਥੋਂ ਦਾ, ਇਹ ਲੇਕ ਦਾ ਹੀ ਬਹੁਤ ਵਧੀਆ ਜੀ। ਬਾਕੀ ਰੌਕ ਗਾਰਡਨ ਆ, ਰੋਜ਼ ਗਾਰਡਨ ਆ, ਹੋਰ ਵੀ ਬਹੁਤ ਵਧੀਆ, ਲੈਂਟੇ ਮੋਲ ਆ, ਘੁੰਮਣ ਨੂੰ ਜਿੰਨਾ ਮਰਜ਼ੀ ਘੁੰਮ ਲਓ। ਹਾਂਜੀ ਬੇਟਾ, ਤੁਹਾਨੂੰ ਕਿਵੇਂ ਦਾ ਲੱਗਿਆ ਸੁਖਨਾ ਲੇਕ ਘੁੰਮ ਕੇ? ਬਹੁਤ ਵਧੀਆ। ਵਧੀਆ ਲੱਗਿਆ? ਹਾਂਜੀ ਬਿਲਕੁਲ ਬੜੀਆ ਲੱਗਦਾ ਜੀ। ਰੁਕ ਤੋਂ ਜਾਓ, ਕਹਾਂ ਭਾਗ ਭਾਗ ਮਿਲੋ ਹਮਾਰੇ ਮਿੱਤਰ। ਬੜੀਆ ਲੱਗ ਰਹਾ ਜੀ। ਮੈਂ ਤਾਂ ਕਿੰਨੀ ਵਾਰ ਆਏ ਹੋ ਯਹਾਂ? ਫਸਟ ਵਾਰ ਆਈ ਹਾਂ। ਮਾਤਾ ਫਸਟ ਵਾਰ ਆਏ, ਕਹਾਂ ਸੇ ਆਏ ਹੋ? ਮੈਂ ਰਹਿਣੇ ਵਾਲੀ ਯੂਪੀ ਕੀ ਹੂੰ ਜੀ, ਮਗਰ ਆਈ ਚੰਡੀਗੜ੍ਹ ਸਪੈਸ਼ਲ ਯੂਪੀ ਸੇ ਆਏ ਹੋ? ਪੁਲਿਸ ਕੰਪਲੈਕਸ ਧਨਾਸ ਸੇ ਆਈ ਹੂੰ ਅਭੀ ਤੋ ਮੈਂ ਫਿਲਹਾਲ ਮੈਂ ਜੀ, ਰਹਿਣੇ ਵਾਲੀ ਮੇਰਠ ਜੀ। ਜੈਸੇ ਕਿ ਚੰਡੀਗੜ੍ਹ ਮੇਂ ਬਹੁਤ ਸਾਰੀ ਜਗ੍ਹਾ ਘੁੰਮਣੇ ਵਾਲੀ, ਸਭਸੇ ਜ਼ਿਆਦਾ ਅੱਛੀ ਕੌਨ ਸੀ ਲੱਗੀ ਆਪਕੋ? ਸਭਸੇ ਜ਼ਿਆਦਾ ਅੱਛੀ ਸੁਖਨਾ ਲੇਕ ਔਰ ਇਹ ਰੋਜ਼ ਗਾਰਡਨ, ਇਹ ਜ਼ਿਆਦਾ ਬੈਸਟ ਜੀ। ਕਿਵੇਂ ਤਾਂ ਲੱਗਦਾ ਸੁਖਨਾ ਲੇਕ ਘੁੰਮ ਕੇ? ਵਧੀਆ ਜੀ ਐਨ। ਹਾਂਜੀ ਕਿੰਨੀ ਵਾਰੀ ਆਏ ਤੁਸੀਂ? ਮੈਂ ਤੀਜੀ ਚੌਥੀ ਵਾਰ ਆਇਆ ਜੀ। ਅੱਛਾ, ਅਸੀਂ ਰੋਪੜ ਤੋਂ ਬਿਲੋਂਗ ਕਰਦੇ, ਕਦੇ ਕਦੇ ਕੰਮ ਆਏ ਹੁੰਦੇ ਇੱਧਰ ਆ ਜਾਂਦੇ। ਅੱਛਾ 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 ਜੀ, ਜਿੱਦਾਂ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਘੁੰਮਣ ਦੀਆਂ ਨੇ, ਹੈ ਨਾ, ਕਿਹੜੀ ਜਗ੍ਹਾ ਵਧੀਆ ਲੱਗਦੀ ਤੁਹਾਨੂੰ ਸਭ ਤੋਂ ਜ਼ਿਆਦਾ? ਬਾ ਇੱਥੇ ਰੌਣਕ ਰੂਣਕ ਮਿਲਦੀ ਹੈ ਜੀ ਜ਼ਿਆਦਾ ਜੀ, ਮੌਲ ਮੂਲ ਵਗੈਰਾ ਤਾਂ ਘੱਟੇ ਹੁੰਦੀ ਹੈ ਜੀ। ਕਿਵੇਂ ਤਾਂ ਲੱਗਦਾ ਤੁਹਾਨੂੰ ਸੁਖਨਾ ਲੇਕ? ਪੰਜਾ ਵੀ ਨਹੀਂ ਆ ਰਹੀ ਹੈ ਆਪਕੋ? ਸੁਖਨਾ ਲੇਕ ਕੈਸਾ ਲੱਗਦਾ ਹੈ? ਦੇਖਣੇ ਆਏ ਅਰੇ, ਪਹਿਲੀ ਵਾਰ ਆਏ ਹੋ? ਪਹਿਲੀ ਵਾਰ ਆਏ। ਅੱਛਾ, ਜੈਸੇ ਕਿ ਚੰਡੀਗੜ੍ਹ ਮੇਂ ਜਗ੍ਹਾ ਬਹੁਤ ਸਾਰੀ ਜਗ੍ਹਾ ਘੁੰਮਣ ਵਾਲੀ ਹੈ, ਚੰਡੀਗੜ੍ਹ ਸਭਸੇ ਜ਼ਿਆਦਾ ਅੱਛਾ ਕੌਨ ਸੀ ਲੱਗਦੀ ਹੈ? ਅਭੀ ਜਾ ਕੇ ਆਏ ਹੋ? ਕੌਨ ਸਾ ਆਪਕੋ ਕੈਸਾ ਲੱਗਤਾ ਹੈ ਸੁਖਨਾ ਲੇਕ?
सुखना लेक इन पर्टिकुलर अभी हम लोग जस्ट आए ही हैं विजिट करने के लिए। हम लोग ऐसे तो अहमदाबाद से आए घूमने आए। ओके, अच्छा लगा मुझे। चंडीगढ़ एज ए सिटी बहुत ब्यूटीफुल है, बहुत ऑर्गेनाइज्ड और जितना सुना था उतनी अच्छी है जी। अदर देन दैट रॉक गार्डन देखा मैंने जी। और हम लोग कल लोकल मार्केट भी विजिट करने गए थे जी, शॉपिंग एंड। कौन सी मार्केट गए थे? 22 नंबर वाली। ओके जी, वो शास्त्री मार्केट आई गेस। हाँ, किवें लगता तुहानू सुखना लेक? वधिया लगता है। जो इतने आना है, मैं जम्मू तो वैसे करी जी, बट जो इतने आना विजिट करते हैं इतने अच्छा सही है। जिते कि चंडीगढ़ से बहुत सारी जगह वहाँ घूम बंदे, सब तो ज़्यादा पसंद केड़ी है? सब तो ज़्यादा मोस्टली सुखना लेक। सुखना लेक ही पानी वगैरह, नेचुरल व्यू मिल जाता है, लोग भी देखने को मिल जाते हैं एंड चंगा लगता है, गुड एम्बियंस है, दैट्स वाई।